ਲੋਕਾਂ ਦੇ ਗੁੱਸੇ ਅੱਗੇ ਝੁਕਿਆ ਰੇਲਵੇ ਬੋਰਡ। ਫਤਿਹਗੜ੍ਹ ਚੂੜੀਆਂ ਰੇਲਵੇ ਸਟੇਸ਼ਨ ਤੋਂ ਘੋੜੇ ਦੀ ਭਰੀ ਟ੍ਰੇਨ ਵਾਪਸ, ਮੁੜੀ ਤਹਿਸੀਲਦਾਰ ਅਜਨਾਲਾ ਦੇ ਵਿਸ਼ਵਾਸ ਤੇ ਲੋਕਾਂ ਸਮਾਪਤ ਕੀਤਾ ਪ੍ਰਦਰਸ਼ਨ। ਮਾਮਲਾ ਫਤਿਹਗੜ੍ਹ ਚੂੜੀਆਂ ਦੇ ਰੇਲਵੇ ਸਟੇਸ਼ਨ ਉੱਪਰ ਘੋੜੇ ਲੱਥਦਾ ਹੈ, ਜਿੱਥੇ ਕਿ ਰੇਲਵੇ ਸਟੇਸ਼ਨ ਉੱਪਰ ਮੁੜ ਦੁਬਾਰਾ ਘੋੜੇ ਦੇ ਭਰੀ ਟ੍ਰੇਨ ਦੇ ਸ਼ੁਰੂ ਹੋਣ ਨਾਲ ਨੇੜਲੇ ਲੋਕਾਂ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਮਿਲ ਕੇ ਦੂਜੇ ਦਿਨ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਅੱਗੇ ਰੇਲਵੇ ਬੋਰਡ ਅਤੇ ਪ੍ਰਸ਼ਾਸਨ ਨੂੰ ਝੁਕਦਿਆਂ ਹੋਇਆਂ ਇੱਕ ਭਰੀ ਹੋਈ ਘੋੜੇ ਦੀ ਟ੍ਰੇਨ ਵਾਪਸ ਮੋੜਨ ਲਈ ਮਜਬੂਰ ਹੋਣਾ ਪਿਆ। ਰੇਲਵੇ ਸਟੇਸ਼ਨ ਤੋਂ ਘੋੜੇ ਦੀਆਂ ਭਰੀਆਂ ਟ੍ਰੇਨਾਂ ਆਉਣ ਦੇ ਸਟੇਸ਼ਨ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਰੋਹ ਵਿੱਚ ਆ ਗਏ, ਜਿਸ ਨੂੰ ਵੇਖਦੇ ਹੋਏ ਅਜਨਾਲਾ ਦੇ ਤਹਿਸੀਲਦਾਰ ਜਗਤਾਰ ਸਿੰਘ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਗੱਲਬਾਤ ਰਾਹੀਂ ਘੋੜੇ ਦੀ ਭਰੀ ਟ੍ਰੇਨ ਵਾਪਸ ਮੋੜਨ ਦਾ ਵਿਸ਼ਵਾਸ ਦਵਾਇਆ। ਤਹਿਸੀਲਦਾਰ ਦੇ ਵਿਸ਼ਵਾਸ ਦਵਾਉਣ 'ਤੇ ਲੋਕਾਂ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਬੰਦ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਨੇ ਕਿਹਾ ਕਿ ਅਗਰ ਦੁਬਾਰਾ ਇੱਥੇ ਘੋੜੇ ਦੀ ਟ੍ਰੇਨ ਆਉਣੇ ਸ਼ੁਰੂ ਹੋਏ ਤਾਂ ਉਹਨਾਂ ਵੱਲੋਂ ਲੰਮਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਥੁੱਕ ਕੇ ਅੱਜ ਫਿਰ ਦੁਬਾਰਾ ਮੁੱਕਰਿਆ। ਅੱਜ ਨਾਇਨ ਬੱਚੇ ਪੜ੍ਹਦੇ ਸਕੂਲ ਦੋਵਾਂ ਪਾਸੇ ਨੇ, ਆਬਾਦੀ ਆ, ਲੋਕਾਂ ਨੂੰ ਵੇਖ ਕੇ ਬੈਠੇ ਨੇ, ਪਰ ਅਸੀਂ ਵੇਖ ਰਹੇ ਹਾਂ ਵੀ ਇਹ ਕੀ ਸਾਡੇ ਨਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਪਿੰਡ ਤਲਵੰਡੀ ਨਹਿਰ ਵੱਲੋਂ। ਕੋਈ ਵੀ ਪਾਰਟੀ ਦਾ ਮੰਤਰੀ ਜਾਂ MLA ਸਾਡੇ ਪਿੰਡ 'ਚ ਜੇ ਵੜ ਗਿਆ ਨਾ, ਤਾਂ ਉਹਦਾ ਆਪਾਂ ਉਹ ਹਾਲ ਕਰਾਂਗੇ ਜਿਹੜਾ ਕਿਤੇ ਕਿਸੇ ਨੇ ਕੀਤਾ ਨਾ ਹੋਵੇ, ਕਿਉਂਕਿ ਅਸੀਂ ਸਾਡਾ ਕੋਲੇ ਨਾਲ ਆਪਾਂ ਮਰ ਰਹੇ ਹਾਂ। ਇਹ ਕਹਿੰਦੇ ਸਾਡਾ ਸੁੰਦਰ ਗ੍ਰਾਮ ਪਿੰਡ ਆ, ਆ ਸਵਾਹ ਇਹਨਾਂ ਦੇ ਸਿਰ 'ਚ ਪਏ ਜਿਹੜਾ ਸਾਡਾ ਸੁੰਦਰ ਗ੍ਰਾਮ ਇਹਨਾਂ ਨੇ ਪਿੰਡ ਕੀਤਾ ਆ। ਗੋੜੇ ਗੋੜੇ ਸਾਡੇ ਕੋਲ ਆ, ਗੋੜੇ ਗੋੜੇ ਸਾਡੀਆਂ ਗਲੀਆਂ ਦੇ ਵਿੱਚ ਪਾਣੀ ਆ, ਛੱਪੜ ਦਾ ਸਾਡਾ ਸੀਵਰ ਨਹੀਂ ਪਏ ਪਾ ਕੇ ਦੇ ਸਕਦੇ, ਅਤੇ ਕੋਲਾ ਸਾਡੇ ਵਾਸਤੇ ਲਿਆ ਕੇ ਅਤੇ 2 ਰੈਗ ਲਾ ਤੇ, 1 ਰੈਗ ਲੱਗ ਸਕਦਾ, 2 ਲਾ ਤੇ ਨੇ ਇਕੱਠੇ ਲਾ ਕੇ। ਵੇਖੋ ਹੱਦ ਹੋ ਗਈ ਹੈ ਮੈਂ ਨਾ, ਪਰ ਆਪਾਂ ਕਿਸੇ ਵੀ ਕੋਈ MLA ਆ ਜੇ, ਕੋਈ ਮੰਤਰੀ ਆ ਜੇ, ਆਪਾਂ ਕਾਲੀਆਂ ਝੰਡੀਆਂ ਲਾ ਕੇ ਪੂਰਾ ਜਲੂਸ ਕੱਢਾਂਗੇ, ਕਿਉਂਕਿ ਸਾਨੂੰ ਕੋਈ ਖਤਰਾ ਨਹੀਂ ਹੈਗਾ। ਆਪਾਂ ਕਿਰਤੀ ਕਿਸਾਨ ਯੂਨੀਅਨ ਦੇ ਸਿਪਾਹੀ ਹਾਂ, ਚੌਂਕੀਦਾਰ ਹਾਂ ਆਪਾਂ, ਆਪਾਂ ਜਿਹੜੇ ਵਫ਼ਾਦਾਰੀ ਕਰਨੀ ਆ, ਤਗੜੇ ਹੋ ਕੇ ਕਰਨੀ ਆ, ਅਤੇ ਨਾ ਆਪਾਂ ਕੋਲਾ ਲੱਥਣ ਨਹੀਂ ਦੇਣਾ। ਸਾਡੇ ਮੋਹਤਬਰਾਂ ਨੇ ਕਹਿਤਾ ਵਾ ਵੀ ਤਗੜੇ ਹੋ ਕੇ ਤੁਸੀਂ ਬਹਿ ਜਾਓ ਇੱਥੇ, ਤੁਹਾਨੂੰ ਮਾਰ ਨਹੀਂ ਦੇਣ ਲੱਗਾ। ਜੇ ਮਰ ਵੀ ਜਾਓਗੇ 2-4 ਬੰਦੇ, ਪਹਿਲੇ ਨੰਬਰ 'ਤੇ ਮੈਂ ਮਰਾਂਗਾ, ਮਰਨਾ ਕੋਈ ਖਤਰਾ ਨਹੀਂ ਹੈਗਾ, ਕਿਉਂਕਿ ਮਰਨਾ ਹੀ ਆ। ਸਾਡੇ ਵੱਡੇ ਵਡੇਰੇ ਬੁੱਢੇ ਮਰ ਹੀ ਗਏ ਨੇ, ਅਸੀਂ ਕਦੇ ਇੱਟ ਲਾਈ ਆ ਇੱਥੇ ਵੀ ਅਸੀਂ ਮਰਨਾ ਨਹੀਂ ਗਾ, ਭਾਈ ਜੀਂਦੇ ਰਹਿਣਾ ਵਾ, ਅਤੇ ਅਸੀਂ ਕੋਲਾ ਨਹੀਂ ਆਉਣ ਦੇਣਾ। ਕਿਉਂਕਿ ਅਸੀਂ ਜਿਹੜਾ ਕੋਈ ਮੰਤਰੀ ਭਾਵੇਂ ਧਾਰੀਵਾਲ ਦਾ ਪਿਓ ਉੱਠ ਕੇ ਆ ਜੇ, ਭਾਵੇਂ ਦੂਜਿਆਂ ਦਾ ਪਿਓ ਆ ਜੇ, ਭਾਵੇਂ ਤੀਜਿਆਂ ਦਾ ਪਿਓ ਆ ਜੇ, ਕਿਸੇ ਮੰਤਰੀ ਨੂੰ ਕਿਸੇ MLA ਨੂੰ ਵੜ ਨਹੀਂ ਦਾਂਗੇ ਆਪਾਂ, ਉਹਨਾਂ ਦਾ ਆਪਾਂ ਪੂਰਾ ਜਲੂਸ ਕੱਢਾਂਗੇ, ਪੱਕੇ ਸੜਕ ਦਾ ਥੱਲੇ ਨਾ ਆਉਣਗੇ, ਕਿਉਂਕਿ ਜਿੰਨੇ ਸਾਡੇ ਭੈਣ ਭਰਾ ਨੇ ਇਹ ਕੋਲੇ ਨਾਲ ਵੀ ਮਰਨ ਰਹੇ ਨੇ, ਅਤੇ ਸਾਡੀਆਂ ਜਿਹੜੀਆਂ ਭੈਣਾਂ ਨੇ ਨਾ, ਇਹ ਵਿਚਾਰੀਆਂ ਲੀੜੇ ਧੋ ਕੇ ਕਿੱਥੇ ਸੁੱਕਣੇ ਪਾਉਣ, ਇਹਨਾਂ ਦੇ ਕੰਜਰਾਂ ਦੇ ਸਿਰ 'ਚ ਪਾਉਣ, ਕਿ ਰੱਸੀਆਂ ਸਾਡੀਆਂ ਕਾਲੀਆਂ ਹੋ ਗਈਆਂ, ਜਿੱਥੇ ਲੀੜੇ ਪਾਉਣ ਉੱਥੇ ਵੋਟ ਉੱਠ ਕੇ ਕਾਲਾ ਗਾ। ਵੇਖੋ ਕੀ ਹਾਲ ਆ, 2-2 ਰੈਂਕ ਇਕੱਠੇ ਆ ਰਹੇ ਨੇ, ਇਹ ਕੋਈ ਕੰਮ ਆ ਬੰਦਿਆਂ ਵਾਲਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ, ਅੱਜ ਜਿਹੜਾ ਬੀਬੀਆਂ ਬੱਚਿਆਂ ਸਮੇਤ ਸਾਰੇ ਵਾਸੀ ਰੇਲਵੇ ਟਰੈਕ 'ਤੇ ਧਰਨਾ ਦੇਣ ਦੇ, ਅੱਜ ਦਾ ਮੁੱਖ ਕਾਰਨ ਕੀ ਆ ਵੀ ਤੁਹਾਨੂੰ ਮਜਬੂਰ ਹੋ ਕੇ ਇੱਥੇ ਸਾਰਾ ਬਹਿਣਾ ਪਿਆ ਟੱਬਰਾਂ ਸਮੇਤ? ਅੱਜ ਦੀ ਸਾਡੀ ਬਹਿਣ ਦੀ ਮਜਬੂਰੀ ਆ ਜੀ। ਕੁਛ ਸਮਾਂ ਪਹਿਲਾਂ ਅਸੀਂ ਬੜਾ ਸੰਘਰਸ਼ 'ਤੇ ਪਹਿਲਾਂ ਵੀ ਇਸੇ ਤਰ੍ਹਾਂ ਧਰਨੇ ਲਾਉਂਦੇ ਰਹੇ ਹਾਂ ਕੋਲੇ ਨੂੰ ਬੰਦ ਕਰਾਉਣ ਵਾਸਤੇ, ਜੋ ਕਿ ਨਜਾਇਜ਼ ਤੌਰ 'ਤੇ ਇੱਥੇ ਕੋਲਾ ਆ ਰਿਹਾ, ਅਤੇ ਦੋਨੇ ਪਾਸੇ ਰਿਹਾਇਸ਼ ਨੇ, ਫਤਿਹਗੜ੍ਹ ਵਾਲੇ ਪਾਸੇ ਅਤੇ ਤਲਵੰਡੀ ਨਹਿਰ ਵਾਲੇ ਪਾਸੇ, ਬਹੁਤ ਦਿੱਕਤ ਲੋਕਾਂ ਨੂੰ ਆ ਰਹੀ, ਲਾਗੇ ਸਕੂਲ ਵੀ ਆ, ਸਾਰਾ ਘੱਟਾ ਜਿਹੜਾ ਕੋਲੇ ਦਾ ਉੱਡ ਉੱਡ ਕੇ ਪੈਂਦਾ, ਜਿਹਦੇ ਨਾਲ ਕਿ ਬਿਮਾਰੀਆਂ ਵੀ ਫੈਲ ਰਹੀਆਂ। ਦੂਜੀ ਗੱਲ ਕਿ ਅਸੀਂ ਥੋੜ੍ਹਾ 2-3 ਮਹੀਨੇ ਪਹਿਲਾਂ SDM ਤਹਿਸੀਲਦਾਰ ਸਾਹਿਬ, DC ਸਾਹਿਬ ਨੇ ਸਾਨੂੰ ਲਿਖਤੀ ਰੂਪ ਦੇ ਵਿੱਚ ਵਿਸ਼ਵਾਸ ਦਵਾਇਆ ਕਿ ਇਹ ਕੋਲਾ ਹੁਣ ਨਹੀਂ ਆਊਗਾ, ਉਹਨਾਂ ਸਾਡੇ ਕੋਲ 2-3 ਮਹੀਨੇ ਟਾਈਮ ਮੰਗਿਆ ਸੀ, ਉਹ ਅਸੀਂ ਦਿੱਤਾ ਸੀ, ਪਰ ਉਸਦੇ ਬਾਵਜੂਦ ਅੱਜ ਫਿਰ ਨਜਾਇਜ਼ ਤੌਰ 'ਤੇ ਕੋਲਾ ਆ ਰਿਹਾ, ਸਾਨੂੰ ਨਹੀਂ ਪਤਾ ਕਿਹਦੀ ਸ਼ਹਿ 'ਤੇ ਆ ਰਿਹਾ, ਇਹ ਕਿਸੇ ਲੀਡਰ ਦੀ ਸ਼ਹਿ 'ਤੇ ਆ ਰਿਹਾ, ਕਿਸੇ ਸਿਆਸੀ ਬੰਦੇ ਸ਼ਹਿ 'ਤੇ ਆ ਰਿਹਾ, ਇਹਦੇ ਬਾਰੇ ਪਤਾ ਨਹੀਂ। ਉਹਦੇ ਚੱਕ ਕਰਕੇ ਹੀ ਅੱਜ ਫਿਰ ਇਹ ਸਾਰੇ ਦੋਨੇ ਪਿੰਡ ਇਕੱਠੇ ਹੋਏ ਆ ਲੋਕ, ਅਤੇ ਅੱਜ ਅਸੀਂ ਜਿਹੜੇ ਦੋਨੇ ਰੈਕ ਆਏ ਆ ਇਹ ਡੱਕੇ ਹੋਏ ਆ, ਹੁਣ ਵੀ ਨਹੀਂ ਅੱਜ ਇੱਥੇ ਕਿਹੜਾ ਆ ਰਿਹਾ, ਕਿਹੜਾ ਲੀਡਰ ਆ ਰਿਹਾ, ਕਿਹੜਾ ਅਫਸਰ ਆ ਰਿਹਾ, ਕੀ ਕਹਿੰਦਾ।
ਜਿਹੜੇ ਆਪਾਂ ਸਾਰੇ ਇਸ ਕਿਸੇ ਆਪਣੇ ਮਸਲੇ ਬਾਰੇ ਬੈਠੇ ਸੀ ਉਸ ਬਾਰੇ ਪ੍ਰਧਾਨ ਜੀ ਆਏ ਅਤੇ ਪ੍ਰਧਾਨ ਜੀ ਨਾਲ ਡਿਸਕਸ ਹੋਇਆ ਅਤੇ ਪ੍ਰਧਾਨ ਜੀ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਜਿਹੜਾ ਆਹ ਰੈਂਕ ਲੋਡਡ ਰਹਿ ਕੇ ਵਾਪਸ ਜਾ ਰਿਹਾ ਜੀ। ਬਾਕੀ ਅੱਗੇ ਤੋਂ ਇਹ ਕਨਫਰਮ ਹੋ ਗਿਆ ਵੀ ਹੁਣ ਤੱਕ ਇੱਥੇ ਕੋਈ ਰੈਂਕ ਨਹੀਂ ਆਊਗਾ, ਕਿਉਂ ਭਵਿੱਖ ਦੇ ਵਿੱਚ ਕੋਈ ਰੈਂਕ ਨਹੀਂ ਆਊਗਾ, ਇਹ ਜਿਹੜਾ ਲੋਡਡ ਵਾਪਸ ਜਾਊਗਾ ਅਤੇ ਜਿਹੜਾ ਖਾਲੀ ਹੈ ਇਹ ਵੀ ਵਾਪਸ ਜਾਊਗਾ। ਹੁਣ ਬੇਨਤੀ ਹੈ ਪ੍ਰਧਾਨ ਜੀ ਵੀ ਜਿਹੜਾ ਇੱਥੇ ਲੋਡ ਹੋ ਗਿਆ ਇਹਨੂੰ ਬਸ ਕੋਈ ਦਿੱਕਤ ਨਾ ਆਵੇ, ਇਹ ਵਾਪਸ ਇਹ ਜੀ ਇਹ ਵਾਪਸ ਮਤਲਬ ਲੋਡਡ ਜਿਹੜਾ ਅਨਲੋਡ ਹੋਇਆ ਲੈ ਜਾਣਾ, ਠੀਕ ਹੈ, ਪਰ ਇਹਨੂੰ ਮਤਲਬ ਕਾਇਦੇ ਕਾਨੂੰਨ ਨਾਲ ਚੁੱਕਣ ਇਹਨੂੰ, ਠੀਕ ਹੈ, ਜਿਹੜਾ ਪੋਲੂਸ਼ਨ ਆ ਇਹਨਾਂ ਉਹਨੇ ਸਿਰ ਧੂੜਾਂ ਪੁੱਟ ਦੇਣ ਵੀ ਲੋਕਾਂ ਦਾ ਇਹਦੇ ਨਾਲ ਹੀ ਸਾਹ ਬੰਦ ਕਰ ਦੇਣਾ, ਠੀਕ ਹੈ, ਇਹ ਪ੍ਰਸ਼ਾਸਨ ਸ਼ੋਰ ਕਰਾਵੇ ਵੀ ਆਰਾਮ ਨਾਲ ਚੁੱਕਣ ਉਹ ਗੋਲੀਆਂ ਨਾ ਉੱਡੇ ਪਾਣੀ ਪਰੌਂਕਣ ਅਤੇ ਸਾਰੀ ਸਫਾਈ ਕਰਕੇ ਵੀ ਲੈ ਕੇ ਜਿਹੜੀ ਉਹ ਜਾਣ, ਠੀਕ ਹੈ ਜੀ, ਇਹ ਬਿਲਕੁਲ ਹੋਊਗਾ ਜੀ, ਕੋਈ ਧੂੜ ਨਹੀਂ ਹੋਊਗੀ ਅਤੇ ਵਧੀਆ ਤਰੀਕੇ ਨਾਲ ਸਾਫ਼ ਸਫਾਈ ਨਾਲ ਜਾਊਗਾ, ਠੀਕ ਹੈ, ਠੀਕ ਹੈ।